खेती कानूनों खिलाफ अंदोलन कर रहे किसानों वालों दिल्ली दियां बरूहां ते पक्के डेरे लाए हुए ने ते हुण मनुखी अधिकार कमिशन वालों चार सूबों नूं एक नोटिस जारी किया गया जिस च उन्होंने आवाजाई च विघन ते कोविड के नियमों की उलंघना करन दा हवाला दिता गया है ते 9000 तों वध कंपनियां दे प्रभावित होण दा वी जिक्र किया है। बीते दिनी पंजाब दियां 32 जथेबंदियां दे कुछ आगुआं दी सोनीपत प्रशासन नाल मीटिंग हुई। इस सारे मामले बारे जदों असी किसान आगू हरमीत सिंह कादिया नाल गलबात कीती तां उन्हां दा की कहना आओ तुसी खुद ही सुन लो। कादिया साहब एक मनुखी अधिकार कमिशन ने पंजाब दे सॉरी दुबारा करदा कादिया साहब एक मनुखी अधिकार कमिशन ने चार स्टेटा नूं नोटिस किया भी अंदोलन करके रस्ता रुकया होया ते अंदोलन दे विच कोविड नियमां दी उलंघना हो रही है। ਉਹ ਨੋਟਿਸ ਕੱਲ ਸਾਡੀ ਟੀਮ ਗਈ ਸੀ ਪ੍ਰਸ਼ਾਸਨ ਨਾਲ ਗੱਲ ਕਰਨ ਉੱਥੇ ਡੀਸੀ ਐਸਐਸਪੀ ਸਾਰੇ ਸੀ ਸੋਨੀਪਤ ਦੇ ਕੁਛ ਮੁਸ਼ਕਲਾਂ ਸੀਗੀਆਂ ਸਾਡੀਆਂ ਇੱਥੇ ਅੰਦੋਲਨ ਦੇ ਵਿੱਚ ਸੜਕਾਂ ਟੁੱਟੀਆਂ ਹੋਈਆਂ ਨੇ ਟੋਏ ਬੜੇ ਡੂੰਘੇ ਨੇ ਅਤੇ ਬੜੇ ਬੜੇ ਜਾਮ ਲੱਗਦੇ ਨੇ ਜਿਹੜੇ ਟ੍ਰੈਫਿਕ ਨਹੀਂ ਇੱਧਰ ਮੂਵ ਕਰਨਾ ਚਾਹੀਦਾ ਟਿੱਪਰ ਡੁੱਪਰ ਵੱਡੇ ਟਰੱਕ ਇੱਧਰ ਮੂਵ ਕਰ ਰਹੇ ਆ ਅਤੇ ਜਿਹੜੇ ਦਿੱਲੀ ਦੇ ਰਾਹਗੀਰ ਨੇ ਅਤੇ ਲੋਕਲਸ ਜਿਹੜੇ ਹੈਗੇ ਉਹਨਾਂ ਨੂੰ ਬਹੁਤ ਤਕਲੀਫ ਆ ਰਹੀ ਸੀਗੀ ਉਹ ਸਾਡੇ ਕੋਲ ਆਏ ਸੀ ਅਸੀਂ ਉਹ ਪ੍ਰਸ਼ਾਸਨ ਕੋਲ ਆਪਣੀ ਪ੍ਰੋਬਲਮਸ ਲੈ ਕੇ ਗਏ ਸੀ ਅਤੇ ਉਹਨਾਂ ਨੇ ਆ ਕੇ ਇਹ ਜਿਹੜਾ ਫਰਮਾ ਜਿਹਾ ਇੱਕ ਫੜਾਤਾ ਸੁਪਰੀਮ ਕੋਰਟ ਦਾ ਵੀ ਆਹ ਆਇਆ ਹੋਇਆ ਜੀ ਤੁਸੀਂ ਇੱਥੇ ਰਸਤਾ ਚੱਕੋ ਤੇ ਫਿਰ ਸਾਫ਼ ਕਰੋ ਤੇ ਕੋਵਿਡ 19 ਦੀਆਂ ਗੱਲਾਂ ਕਰ ਰਹੇ ਸੀਗੇ ਇਹ ਗੱਲਾਂ ਜਿਵੇਂ ਪ੍ਰਾਈਜ਼ ਕਰਨ ਦੀ ਹੁੰਦੀਆਂ ਨੇ ਸਰਕਾਰ ਦੀਆਂ ਗਲਤ ਢੰਗ ਨਾਲ ਸੁਪਰੀਮ ਕੋਰਟ ਦੇ ਵੱਲੋਂ ਕੀਤੀਆਂ ਹੋਈਆਂ ਨੇ ਹੁਣ ਇਹ ਅਸੀਂ 32 ਮੈਂਬਰ ਜਿਹੜੀ ਕਮੇਟੀ ਆ ਆਪਣੀ ਸਾਰੀ ਜਥੇਬੰਦੀਆਂ ਉਹਨਾਂ 'ਚ ਰੱਖਾਂਗੇ ਉਸ ਤੋਂ ਬਾਅਦ ਕੋਈ ਫੈਸਲਾ ਹੋਊਗਾ ਕਿਉਂਕਿ ਜਿਹੜੀਆਂ ਸਰਵਿਸ ਲੇਨ ਨੇ ਉਹ ਤਾਂ ਪਹਿਲਾਂ ਹੀ ਖੁੱਲੀਆਂ ਨੇ ਪਹਿਲਾਂ ਹੀ ਟ੍ਰੈਫਿਕ ਜਾਂਦਾ ਬਸ ਉਹ ਸਾਨੂੰ ਮਹਿਸੂਸ ਹੁੰਦਾ ਜਦੋਂ ਲੋਕਲ ਕਾਰ ਕਹਿੰਦੇ ਆ ਵੀ ਇਹ ਸਰਵਿਸ ਲੈਣ ਦੇ ਵਿੱਚ ਟਰੱਕ ਪਾਉਂਦੇ ਪਏ ਨੇ ਵੱਡੇ ਵੱਡੇ ਟਿੱਪਰ ਪਾ ਰਹੇ ਆ ਤਾਂ ਟੋਏ ਪੈ ਗਏ ਪਾਣੀ ਖੜਿਆ ਜੀ ਤਾਂ ਉੱਥੇ ਆਵਾਜਾਈ ਦਾ ਬਹੁਤ ਮੁਸ਼ਕਲ ਆਈ ਹੋਈ ਆ ਤੇ ਉਸ ਸੜਕ ਨੂੰ ਨਾ ਰਿਪੇਅਰ ਕਰਕੇ ਸਰਵਿਸ ਲੈਣ ਨੂੰ ਤੇ ਵੱਡੀਆਂ ਸਾਨੂੰ ਜਿੱਥੇ ਖਰਚੇ ਤੇ ਲੜ ਰਹੇ ਆ ਉੱਥੇ ਚੁਕਾਉਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਇਹ ਫੈਸਲਾ ਮੈਨੂੰ ਜਿੱਥੇ ਪਰਸਨਲ ਲੱਗਦਾ ਵੀ ਇਹ ਤਾਂ ਕਦੀ ਵਾਇਬ ਹੋ ਨਹੀਂ ਸਕਦਾ ਜਦ ਤੱਕ ਸਾਡਾ ਤਿੰਨ ਕਾਨੂੰਨ ਤੇ ਫੈਸਲਾ ਨਹੀਂ ਹੁੰਦਾ ਜਦ ਤੱਕ ਕਿਸੇ ਕਿਸਾਨ ਨਹੀਂ ਹਿਲਦੇ ਪਰ ਮੇਨ ਫੈਸਲਾ ਇਹਦੇ 32 ਜਥੇਬੰਦੀਆਂ ਬੈਠ ਕੇ ਜੀ ਨਾਲ ਦੀ ਨਾਲ ਵੀ ਖਬਰ ਹੈ ਕਿ ਇਸ ਅੰਦੋਲਨ ਦੇ ਨਾਲ ਵੀ 9000 ਕੰਪਨੀਆਂ ਦਾ ਜਿਹੜਾ ਕਾਰੋਬਾਰ ਪ੍ਰਭਾਵਿਤ ਹੋਇਆ ਅੱਜ ਦੀਆਂ ਖਬਰਾਂ ਇਹੀ ਕਹਿ ਰਹੀਆਂ ਨੇ। ਦੇਖੋ ਕੰਪਨੀਆਂ ਦਾ ਜਿਹੜਾ ਕਾਰੋਬਾਰ ਪ੍ਰਭਾਵਿਤ ਹੋਇਆ ਜਾਂ ਕੱਲ ਵੀ ਬਿਆਨ ਆਇਆ ਸੀਗਾ ਅਮਰਿੰਦਰ ਸਿੰਘ ਸੀਐਮ ਦਾ ਪਹਿਲਾਂ ਤਾਂ ਇਹਨਾਂ ਨੂੰ ਦੇਖਿਆ ਨੀ ਅੱਜ ਘੱਟ ਦਿਖਣ ਲੱਗ ਗਏ ਜਦੋਂ ਇਹਨਾਂ ਨੂੰ ਚੋਣਾਂ ਤੋਂ ਰੋਕਿਆ ਤਾਂ ਸਾਰੇ ਇਹਨਾਂ ਨੂੰ ਘੱਟ ਦਿਖਣ ਲੱਗ ਗਿਆ। ਇਹ ਆਮ ਆਵਾਮ ਆ ਲੋਕਤੰਤਰ ਦੇ ਵਿੱਚ ਲੋਕੀ ਵੱਡੇ ਹੁੰਦੇ ਨੇ ਲੋਕੀ ਸੜਕਾਂ ਤੇ ਆਏ ਹੋਏ ਨੇ ਇਹ ਆਪਣੇ 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 ਕਾਰੋਬਾਰ ਬਚਾਉਣ ਲਈ ਆਏ ਨੇ ਇਹਨਾਂ ਦੇ ਕਾਰੋਬਾਰ ਨੂੰ ਕੋਈ ਸੱਟ ਲਾਊਗਾ ਤਾਂ ਇਹ ਵੀ ਉਹਨਾਂ ਦੇ ਕਾਰੋਬਾਰ ਨੂੰ ਸੱਟ ਲੱਗਣਗੇ ਜੇ ਸੱਟ ਲੱਗ ਵੀ ਗਈ ਹੈ ਤੇ ਉਹਦਾ ਸਾਨੂੰ ਕੀ ਅਸਰ ਦੱਸ ਰਹੇ ਹੋ ਤੇ ਤੁਸੀਂ ਫੈਸਲਾ ਜਲਦੀ ਕਰੋ ਸਰਕਾਰ ਨੂੰ ਜ਼ਿੰਮੇਵਾਰੀ ਬਣਦੀ ਆ ਉਹ ਉਹਨਾਂ ਦੀ ਗੱਲ ਨੇ ਜੇ ਸਰਕਾਰ ਦੇ ਕਿਸਾਨ ਬੈਠੇ ਨੇ ਤਾਂ ਸਰਕਾਰ ਨੇ ਬਿਠਾਏ ਹੋਏ ਨੇ ਵੀ ਉਹਨਾਂ ਦੀ ਮੰਗਾਂ ਨਹੀਂ ਮੰਨਦੇ ਜੀ। ਕਾਦੀਆਂ ਸਾਹਿਬ ਅਕਸਰ ਇਹੀ ਤਰਕ ਦਿੱਤਾ ਜਾਂਦਾ ਵੀ ਰਸਤਾ ਬਲੌਕ ਕਰੀ ਬੈਠੇ ਨੇ ਕਿਸਾਨ ਹਨਾ ਵੀ ਅੱਗੇ ਨੂੰ ਜਾ ਨਹੀਂ ਪਾ ਰਹੇ ਲੋਕ ਜਿਹਨਾਂ ਲੰਘਣਾ ਹੁੰਦਾ ਇਸ ਤਰ੍ਹਾਂ ਤਰਕ ਦੇ ਰਹੇ ਨੇ ਅਧਿਕਾਰੀ ਵੀ ਸਰਕਾਰ ਵੀ ਚਾਹੇ ਸੁਪਰੀਮ ਕੋਰਟ ਹੋ ਗਿਆ ਹੁਣ ਮਨੁੱਖੀ ਅਧਿਕਾਰ ਕਮਿਸ਼ਨ ਦਾ ਨੋਟਿਸ ਦੇ ਵਿੱਚ ਇਹੀ ਕਹਿ ਰਿਹਾ। ਦੇਖੋ ਸਰਕਾਰ ਨੇ ਰਸਤੇ ਬੰਦ ਕੀਤੇ ਆ ਜਿੱਦਾਂ ਅਸੀਂ 26-27 ਨਵੰਬਰ ਇੱਥੇ ਪਹੁੰਚੇ ਆ ਬੈਰੀਕੇਡ ਉਹਨਾਂ ਨੇ ਲਾਏ ਆ ਕੇ ਜੇ ਉਹ ਰਸਤੇ ਖੁੱਲ ਜਾਣ ਸਰਵਿਸ ਲੇਨ ਦੇ ਸਾਹਮਣੇ ਹੀ ਪਾਸਾ ਖੁੱਲ ਜੇ ਤਾਂ ਇਦੋਂ ਵਧੀਆ ਮੂਵ ਹੋ ਜਾਊਗਾ ਉਹ ਲੋਕਾਂ ਨੂੰ ਤੰਗ ਕਰਨ ਲਈ ਪਛਾਣ ਕਰੋ 20-25-30 ਕਿਲੋਮੀਟਰ ਅੰਦਰ ਗਲੀਆਂ 'ਚ ਘੁੰਮਾ ਘੁੰਮਾ ਕੇ ਦਿੱਲੀ ਲੈ ਕੇ ਜਾਂਦੇ ਨੇ ਤੁਸੀਂ ਸਿੱਧਾ ਰਸਤਾ ਖੋਲ ਦਿਓ। ਆਪਾਂ ਤਾਂ ਸ਼ਾਂਤਮਈ ਤਰੀਕੇ ਨਾਲ ਬੈਠੇ ਹਾਂ ਕਿ ਪਿਛਲੇ 9.5 ਮਹੀਨੇ ਤੋਂ ਉੱਪਰ ਹੋ ਚੁੱਕੇ ਆ ਅੰਦੋਲਨ ਸ਼ਾਂਤਮਈ ਆ ਵੀ ਪ੍ਰੋਗਰਾਮ ਦੇ ਕੇ ਅੰਦੋਲਨ ਚੱਲਦਾ ਤੇ ਫਿਰ ਉਹ ਜਿਹੜਾ ਬੈਰੀਕੇਡ ਲਾਇਆ ਉਹਦਾ ਮੀਨਿੰਗ ਕੀ ਆ ਜੇ ਇੱਥੋਂ ਸਾਰਿਆਂ ਨੂੰ ਉਠਾਉਂਦੇ ਹੋ ਪਹਿਲਾਂ ਸਰਕਾਰ ਜਿਹੜੇ ਬੈਰੀਕੇਡ ਲਾਏ ਹੋਏ ਨੇ ਜਿਹੜੇ ਵੱਡੇ ਵੱਡੇ ਕੰਡੇ ਰੱਖੇ ਹੋਏ ਨੇ ਉਹ ਚੱਕਣ ਤੇ ਸਾਰਾ ਸਿੱਧੀ ਜਿਹੜੀ ਸੜਕ ਦਿੱਲੀ ਨੂੰ ਜਾਂਦੀ ਆ ਉਹ ਮੂਵਮੈਂਟ ਕਰ ਲੈਣ ਉਸ ਮੂਵਮੈਂਟ ਵੱਲ ਧਿਆਨ ਨਹੀਂ ਦਿੰਦੇ ਕਿਸਾਨ ਅੰਦੋਲਨ ਵੱਲ ਧਿਆਨ ਦੇ ਰਹੇ ਆ ਉਹਦੀ ਦੱਸ ਉਹਨਾਂ ਸਮਝ ਨਹੀਂ ਆ ਰਹੀ ਜਿਹੜੇ ਜੀ ਜਿਹੜੀਆਂ ਦਿੱਕਤਾਂ ਹੁਣ ਕਹਿ ਰਿਹਾ ਮਨੁੱਖੀ ਅਧਿਕਾਰਾਂ ਕਮਿਸ਼ਨ ਚਾਹੇ ਕੋਰੋਨਾ ਦੀਆਂ ਹੋਣ ਰਸਤਾ ਖੁਲਵਾਉਣ ਨੂੰ ਲੈ ਕੇ ਹੋਵੇ ਕੰਪਨੀਆਂ ਦਾ ਕਹਿ ਰਹੇ ਨੁਕਸਾਨ ਕਿਸ ਤਰ੍ਹਾਂ ਹੱਲ ਹੋ ਸਕਦਾ ਹੈ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਸਰਕਾਰ ਨੂੰ ਵੀ ਸਾਰੀਆਂ ਔਕੜਾਂ ਦਾ ਇੱਕੋ ਇੱਕ ਹੱਲ ਆ। ਅਸੀਂ ਸਰਕਾਰ ਨੂੰ ਵੀ ਅਪੀਲ ਕਰਨਾ ਚਾਹੁੰਦੇ ਹਾਂ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਕਹਿਣਾ ਚਾਹੁੰਦੇ ਹਾਂ ਜਿਹੜੇ ਅਪੀਲ ਕਰਤਾ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਢੰਗ ਨਾਲ ਦੇਖ ਰਹੇ ਹੋ ਤੇ 3 ਕਾਨੂੰਨ ਸਰਕਾਰ ਨੂੰ ਕਹਿ ਕੇ ਅਪੀਲ ਕਰਾ ਦਿਓ ਜਿਹੜੇ 3 ਕਾਨੂੰਨ ਹਾਲੇ ਲਾਗੂ ਨਹੀਂ ਹੋ ਸਕੇ ਸੁਪਰੀਮ ਕੋਰਟ ਨੇ ਆਪ ਰੋਕੇ ਹੋਏ ਨੇ ਉਹ ਕਾਨੂੰਨਾਂ ਨੂੰ ਅੱਗੇ ਤੋਂ ਨਾ ਲਾਗੂ ਹੋਣ ਕਿਸਾਨ ਤਾਂ ਬੈਠੇ ਆ ਏਜੰਡਾ ਤਾਂ ਸਿਰਫ ਇੰਨਾ ਹੀ ਆ 3 ਕਾਨੂੰਨ ਤੁਸੀਂ ਆਪਣੇ ਰਸੀਵ ਕਰ ਦਿਓ ਸਰਕਾਰ ਗੱਲਬਾਤ ਕਰੇ 22 ਜਨਵਰੀ ਤੋਂ ਬਾਅਦ ਕੋਈ ਫਾਰਮਲ ਸਰਕਾਰ ਗੱਲ ਨਹੀਂ ਕਰ ਰਹੀ ਆਪਣੇ ਆਵਾਮ ਨੂੰ ਐਨ ਸੜ ਸੜਕਾਂ 'ਤੇ ਛੱਡਿਆ ਹੋਇਆ ਇੱਥੇ ਤੇ ਮੀਂਹ ਕਣੀ ਸਾਰੇ ਇੱਥੇ ਚੱਕੜ ਜਰੇ ਆ ਸਾਰੀਆਂ ਸਾਡਾ ਜਿਹੜੀ ਮੁਸ਼ਕਲਾਂ ਆ ਰਹੀਆਂ ਨੇ ਉੱਥੇ ਉਹ ਅਸੀਂ ਵੀ ਕਿਹੜਾ ਸੌਖੇ ਬੈਠੇ ਆ ਪਰ ਸਾਡੀ ਜਿਹੜੀ ਲੜਾਈ ਆ ਉਹ 3 ਕਾਨੂੰਨਾਂ ਦੀ ਆ ਜੇ 3 ਕਾਨੂੰਨਾਂ ਦਾ ਹੱਲ ਹੋ ਜਾਏ ਸਾਰੇ ਸਾਰੀ ਚੀਜ਼ ਦਾ ਹੱਲ ਹੋ ਜਾਏ।
जी 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 बिल्कुल, बहुत बहुत धन्यवाद जी जानकारी। जिक्रयोग है कि कुछ दिन पहला सुप्रीम कोर्ट च मोर्चा वाले राह खुलवाण लई पटीशन पाई गई सी, जिस तों बाद अदालत ने आवाजाई दी विघन च जवाब दखल लई स्थानक प्रशासन नूं समां दित्ता होया है। किसानां दा कहना है कि राह असी नहीं बंद किते, सगो केंद्र सरकार ने पक्के तौर ते खुद बंद किते होए ने। ब्यूरो रिपोर्ट, D5 चैनल पंजाबी। D5 चैनल पंजाबी, हुणे सब्सक्राइब करो, बैल आइकन ते क्लिक करो। बाणी गुरु गुरु है बाणी, विच बाणी अमृत सारे। ज्ञानी साहब सिंह जी शाहबाद मारकंडा वाले नाल करो सीधी गलबात ते जाणो गुरबाणी दे अर्थ। रोजाना पाठ करन वाले ये प्रोग्राम जरूर देखण ते गुरु साहब दीआं असीसां दे पात्र बनन। देखणा ना भुलना साडा खास प्रोग्राम गुरबाणी ज्ञान, ऐतवार सवेरे 7 तों 8 बजे तक D5 चैनल पंजाबी ते।